ਪਟਾਕੇ ਦੇ ਨਾਲ ਫਾਹਾ ਲੈ ਕੇ ਇੱਕ ਵਿਅਕਤੀ ਦੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਦਰਸਲ ਜਾਣਕਾਰੀ ਅਨੁਸਾਰ ਪਤੀ ਪਤਨੀ ਦੋਵੇਂ ਪਹਿਲਾਂ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੇ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਦੋਵੇਂ ਹੀ ਇੱਕ NRI ਦੀ ਕੋਠੀ ਦੇ ਵਿੱਚ ਸ਼ਿਫਟ ਹੋ ਜਾਂਦੇ ਨੇ। ਹਾਲਾਂਕਿ NRI ਔਰਤ ਦੇ ਵੱਲੋਂ ਉਹਨਾਂ ਦੇ ਨਾਲ ਐਗਰੀਮੈਂਟ ਕੀਤਾ ਜਾਂਦਾ ਹੈ ਕਿ ਜਦੋਂ ਤੱਕ ਉਹ ਕੋਠੀ ਨਹੀਂ ਵਿਕੇਗੀ ਉਹ ਉਸਦੀ ਕੋਠੀ ਦੇ ਵਿੱਚ ਹੀ ਰਹਿਣਗੇ। ਪਰ ਕਿਹਾ ਜਾ ਰਿਹਾ ਕਿ ਜਦੋਂ NRI ਔਰਤ ਕੁਝ ਦਿਨ ਪਹਿਲਾਂ ਆਪਣੇ ਘਰ ਵਿਦੇਸ਼ ਤੋਂ ਵਾਪਸ ਆਈ ਤਾਂ ਉੱਥੇ ਪਤੀ ਦੇ ਨਾਲ ਉਸਦੀ ਕਾਫੀ ਜ਼ਿਆਦਾ ਬਹਿਸ ਹੋ ਜਾਂਦੀ ਹੈ, ਜਿਸ ਤੋਂ ਬਾਅਦ ਉਹ ਇਕੱਲੇ ਪਤੀ ਨੂੰ ਹੀ ਉਸ ਘਰ ਦੇ ਵਿੱਚੋਂ ਬਾਹਰ ਕੱਢ ਦਿੰਦੀ ਹੈ, ਜਦਕਿ ਪਤਨੀ ਨੂੰ ਉਹ ਆਪਣੇ ਘਰ ਦੇ ਵਿੱਚ ਰੱਖ ਲੈਂਦੀ ਹੈ। ਹਾਲਾਂਕਿ ਇਲਜ਼ਾਮ ਜੋ ਨੇ ਉਸਦੀ ਪਤਨੀ ਤੇ ਇਹ ਲੱਗ ਰਹੇ ਨੇ ਕਿ ਉਸਦੇ NRI ਔਰਤ ਦੇ ਇੱਕ ਨੌਕਰ ਦੇ ਨਾਲ ਨਜਾਇਜ਼ ਸੰਬੰਧ ਨੇ। ਕਈ ਵਾਰ ਪਤੀ ਆਪਣੇ ਪਿਤਾ ਦੇ ਨਾਲ ਉਸ ਆਪਣੀ ਪਤਨੀ ਨੂੰ ਲੈਣ ਦੇ ਲਈ ਉੱਥੇ ਜਾਂਦਾ ਹੈ, ਪਰ NRI ਔਰਤ ਅਤੇ ਉਸਦੇ ਨੌਕਰ ਦੇ ਵੱਲੋਂ ਗਾਲਾਂ ਕੱਢ ਕੇ ਉਸਨੂੰ ਭਜਾ ਦਿੱਤਾ ਜਾਂਦਾ ਹੈ। ਉਸਨੂੰ ਆਪਣੀ ਪਤਨੀ ਦੇ ਨਾਲ ਵੀ ਨਹੀਂ ਮਿਲਣ ਦਿੱਤਾ ਜਾਂਦਾ, ਜਿਸ ਤੋਂ ਦੁਖੀ ਹੋ ਕੇ ਪਤੀ ਦੇ ਵੱਲੋਂ ਹੁਣ ਖੁਦਕੁਸ਼ੀ ਕਰ ਲਈ ਹੈ। ਤਾਂ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਜਿੱਥੇ ਕਿ ਪਤਨੀ ਦੇ ਕਿਹਾ ਜਾ ਰਿਹਾ ਕਿ ਨਜਾਇਜ਼ ਸੰਬੰਧਾਂ ਕਰਕੇ ਦੁਖੀ ਹੋ ਕੇ ਇਸ ਪਤੀ ਦੇ ਵੱਲੋਂ ਪੱਖੇ ਦੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਫਿਲਹਾਲ ਮੌਕੇ ਦੇ ਉੱਤੇ ਪਰਿਵਾਰਕ ਮੈਂਬਰ ਪਹੁੰਚੇ ਨੇ, ਮਾਮਲੇ ਦੀ ਜਾਂਚ ਪੁਲਿਸ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਪਰ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਵੀ ਜ਼ਰੂਰ ਖੜਾ ਹੁੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਪਤੀ ਪਤਨੀ ਦੋਵੇਂ ਇਕੱਠੇ ਰਹਿੰਦੇ ਸੀ, NRI ਔਰਤ ਦੇ ਨਾਲ ਪਤੀ ਦਾ ਝਗੜਾ ਹੁੰਦਾ ਤੇ ਉਸ ਤੋਂ ਬਾਅਦ ਦੇ ਵਿੱਚ NRI ਔਰਤ ਕਿਹਾ ਜਾ ਰਿਹਾ ਕਿ ਉਸਨੂੰ ਪਤੀ ਨੂੰ ਇਕੱਲੇ ਨੂੰ ਹੀ ਘਰ ਚੋਂ ਬਾਹਰ ਕੱਢ ਦਿੰਦੀ ਹੈ। ਤੇ ਪਤਨੀ ਦੇ ਉੱਤੇ ਇਲਜ਼ਾਮ ਇਹ ਲੱਗ ਰਹੇ ਨੇ ਕਿ ਉਸਦੇ NRI ਔਰਤ ਦਾ ਇੱਕ ਨੌਕਰ ਰੱਖਿਆ ਹੋਇਆ ਸੀ, ਉਸਦੇ ਨਾਲ ਉਸਦੇ ਨਜਾਇਜ਼ ਸੰਬੰਧ ਨੇ, ਜਿਸ ਤੋਂ ਦੁਖੀ ਹੋ ਕੇ ਇਹ ਪਤੀ ਦੇ ਵੱਲੋਂ ਖੁਦਕੁਸ਼ੀ ਕਰ ਲਈ ਹੈ, ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਜੋ ਮ੍ਰਿਤਕ ਵਿਅਕਤੀ ਹੈ ਉਸਦੇ ਪਿਤਾ ਦਾ ਕਹਿਣਾ ਹੈ ਕਿ ਉਹ ਕਈ ਵਾਰ ਆਪਣੀ ਨੂੰਹ ਨੂੰ ਲੈਣ ਦੇ ਲਈ ਉਸ NRI ਔਰਤ ਦੇ ਘਰ ਗਏ, ਜਿੱਥੇ NRI ਔਰਤ ਨੇ ਉਸਨੂੰ ਅਤੇ ਉਸਦੇ ਬੇਟੇ ਨੂੰ ਦੋਵਾਂ ਨੂੰ ਗਾਲਾਂ ਕੱਢ ਕੇ ਭਜਾ ਦਿੱਤਾ ਅਤੇ ਉਸਨੂੰ ਆਪਣੀ ਪਤਨੀ ਦੇ ਨਾਲ ਵੀ ਨਹੀਂ ਮਿਲਣ ਦਿੱਤਾ ਗਿਆ। ਤਾਂ ਇਸ ਤੋਂ ਬਾਅਦ ਇਹ ਦੁਖੀ ਰਹਿਣ ਲੱਗ ਗਿਆ, ਜਿਸ ਤੋਂ ਬਾਅਦ ਉਸਨੇ ਅੱਕ ਕੇ ਇਹ ਖੌਫਨਾਕ ਕਦਮ ਚੁੱਕ ਲਿਆ। ਮੇਰਾ ਨਾਮ ਧਰਮਵੀਰ ਹੈ ਜੀ। ਕਿਆ ਮਾਮਲਾ, ਆਪਣੇ ਬੇਟੇ ਕਾ ਕਿਆ ਨਾਮ ਹੈ? ਰਵੀ ਕੁਮਾਰ, ਰਵੀ ਹੈ ਜੀ। ਕਿਤਨੀ ਉਮਰ? 34 ਸਾਲ ਹੈ ਜੀ। ਸ਼ਾਦੀ ਸ਼ੁਦਾ ਥਾ ਜੀ? ਹਾਂਜੀ ਹਾਂ ਜੀ। ਘਰ ਵਾਲੀ ਕੇ ਯਹਾਂ ਰਹਤੇ ਥੇ ਲਗ ਰਹੇ ਥੇ? ਪਹਿਲੇ ਯਹਾਂ ਰਹਤੇ ਥੇ ਜੀ, ਇਕੱਠੇ ਹੀ। ਤੋ ਯੇ ਐਸਾ ਵਾਜੀ, ਫਿਰ ਕੋਠੀ ਮੇ ਜੋ ਹੈ ਜੋ ਕੋਠੀ ਵਾਲੀ ਹੈ ਵੋ ਬਾਹਰ ਵਿਦੇਸ਼ ਮੇ ਰਹਤੀ ਥੀ। ਅੱਛਾ। ਇਨਸੇ ਲਿਖਵਾ ਲਿਆ ਐਗਰੀਮੈਂਟ ਇੱਕ ਸਾਲ ਕਾ। ਕੌਣ ਸੀ, ਕਿਹਨਾਂ ਨੇ ਲਿਖਵਾ ਲਿਆ? ਮਕਾਨ ਮਾਲਿਕ ਨੇ। ਕਹਾਂ ਰਹਤੇ ਹੋ? ਰਾਜਾ ਕਲੋਨੀ ਮੇ ਹੈ ਜੀ। ਹਾਂਜੀ, ਰਾਜਾ ਕਲੋਨੀ। ਰਾਜਾ ਕਲੋਨੀ ਮੇ ਜੀ। ਵੋ ਬਾਹਰ ਰਹਤੇ ਹੈ? ਹਾਂ ਜੀ। ਕਿਤਨੀ ਦੇਰ ਪਹਿਲੇ ਐਗਰੀਮੈਂਟ ਲਿਖਵਾਇਆ ਥਾ? ਯੇ ਲਿਖਵਾ ਜੀ 6-7 ਮਹੀਨੇ ਪਹਿਲੇ ਲਿਖਵਾ ਜੀ। ਅੱਛਾ, ਕਿਆ ਐਗਰੀਮੈਂਟ ਲਿਖਵਾਇਆ ਥਾ? ਯੇ ਲਿਖਵਾ ਜੀ, ਜਬ ਤੱਕ ਮੇਰੀ ਕੋਠੀ ਵਿਕੇਗੀ ਤੁਮ ਮੇਰੀ ਕੋਠੀ ਮੇ ਰਹੋਗੇ। ਜਬ ਤੱਕ ਕੋਠੀ ਵਿਕੇਗੀ ਮੇਰੀ ਕੋਠੀ ਮੇ ਰਹੋਗੇ, ਜਬ ਕੋਠੀ ਵਿਕ ਜਾਏਗੀ ਮੈਂ ਤੁਮੇ ਬਾਹਰ ਨਿਕਾਲ ਦੂੰਗੀ। ਕੋਈ ਬਾਤ ਨਹੀਂ ਜੀ, ਇਨਕੇ ਆਪਸ ਮੇ ਦੋਨੋਂ ਕੀ ਮਰਦ ਵੀਰ ਕੀ ਬੋਲ ਚਾਲ ਹੋਗੀ ਜੀ। ਠੀਕ ਹੈ ਜੀ, ਹੋ ਵੀ ਜਾ ਹੋਈ ਜਾ, ਮੇਰੇ ਮੁੰਡੋ ਬਾਹਰ ਨਿਕਾਲ ਦਿਆ, ਬੋ ਕਰ ਮੇਰੇ ਪੁੱਤੋ ਘਰ ਮੇ ਰੱਖ ਲਿਆ। ਫਿਰ ਮੈਂ ਉਸਕੇ ਸਾਹਮਣੇ, ਮੇਰੀ ਕੁੜੀ ਵੀ ਗਈ, ਮੈਂ ਵੀ ਗਾ, ਮੇਰੇ ਦਾਮਾਦ ਵੀ ਗਏ ਬੋ ਕੇ ਸਾਹਮਣੇ, ਭਾਈ ਤੁਹਾਰੇ ਤੋਂ ਚੱਲ ਬੇਟੇ ਜੋ ਗਲਤੀ ਹੋ ਗਈ ਹੋ ਗਈ, ਮੇਰੇ ਮੁੰਡੇ ਦਾ ਅੱਗੇ ਗਲਤੀ ਨਹੀਂ ਹੋਣੀ। ਤੋ ਜੀ ਉਹ ਤਾਂ ਬਿਲਕੁਲ ਆਈ ਨਹੀਂ ਜੀ। ਸ਼ਾਦੀ ਇਸ ਟਾਈਮ ਜੇ ਹਮ ਗਏ, ਇੱਕ ਉਹਨਾਂ ਕਾ ਪਾਸ ਇੱਕ ਨੌਕਰ ਰਹਿਤਾ, ਉਸਕਾ ਨਾਮ ਹੈ ਗੋਗੀ, ਉਸਨੇ ਔਰ ਇੱਕ ਬੀਬੀ ਹੈ ਮਕਾਨ ਮਾਲਿਕ ਕੋਠੀ ਵਾਲੀ, ਉਸਨੇ ਉਸਕੋ ਜੀ ਫਸਾ ਰੱਖੀ ਬਸ, ਇਸ ਲਈ ਮੇਰੇ ਮੁੰਡੇ ਬਾਹਰ ਨਿਕਾਲ ਦਿਆ, ਉਸਕੋ ਆਪਣੇ ਕਹਿਣੇ ਮੈਂ ਰੱਖੀ ਹੈ, ਜੋ ਵੀ ਕਹਤੀ ਹੈ ਮੇਰੇ ਨੂੰ ਵੋ ਕੰਮ ਕਰਤੀ ਹੈ। ਮਕਾਨ ਮਾਲਿਕ ਤੋਂ ਬਾਹਰ ਰੱਖੀ? ਵੋ ਆ ਗਏ ਥੇ ਜੀ, ਅਭੀ ਆਈ 2-3 ਮਹੀਨੇ ਵੇ ਜੀ, ਮਹੀਨਾ ਆ ਗਏ ਥੇ ਜੀ ਵੋ ਅਭੀ। ਹਾਂ ਜੀ।
क्या ये परेशान रखता था क्या रखता? पता नहीं जी, तो इनके आपस में बोलचाल हो ही जा, घर में घर वाले हो ही जाती है, कोई ना कोई कितनी देर हो गई लग रहा है? इसको 1.25 महीना करीब हो गया जी। ये आपको कब कैसे पता लगा? ये पता लगा जी, मैं सुबह मैं काम करता हूँ फ्रेंड्स कॉलोनी में, मैं रोटी लेकर हूँ टंगरी मेली में, रोटी लेकर मैं सुबह शाम इसके पास आता हूँ, है जी। मैं देखा आकर मैंने तो कुंडी खुड़खुड़ा, ये कुंडी नहीं खुली बिल्कुल भी, नहीं कुंडी खुली। मैं कह रहा पता नहीं क्या बात होगी। फिर ये बेचारी हमारे पड़ोसों ने बाबूजी खड़े थे मेरे पास ही, ये दीप तो ये मैंने फिर किसी को उधर उधर चढ़ा करके ऊपर को देखा, ये कुंडी लग रही बाहर की, कुंडी लग रही बाहर की, उन्हें मैंने कुंडी खुलवाई, फिर मैं अंदर आया। यहाँ अकेले ही रहता था ये? हाँ जी अकेला जी। अच्छा, ये किराए पे आप कम? जी जी। कौन सा मल्ला ये? गुरु गुरु गोविंद सिंह नगर। तो ये मैं अंदर आ जी, फिर मैंने देखा था ये ऊपर टंगा हुआ जी। कहाँ? ये पंखे पे? हाँ पंखे पे जी। किस चीज से बना ये रहा जी? ये तो गले का मफलर लगता है। हाँ जी, उसमें बंधा हुआ था जी। अच्छा, ये देखो ये मैं अंदर वाला, मैं झूठ बोलता नहीं, मेरे पास देखा नहीं गा, फिर मैंने खोला ये, वो मैं झूठ बोलता नहीं। फिर मैं अकेला था जी, मैंने अपने परिवार को फोन करा, मेरा परिवार आज मैं अकेला था यहाँ, सुबह 8:15 बजे की बात है जी। हाँ जी। इसके घर वाले को बताया? घर वाले को हमने, इसके इसके साले को बताया जी हमने, वो रहता है इधर पता नहीं कौन से पिंड में रहता है, वो उसको मैंने बताया पैसे कहानी बनेगी, अब तक तो आए नहीं कोई भी जी। आपने यहाँ पुलिस को सूचित किया फिर? हाँ जी, पुलिस को सूचित किया फिर? हाँ जी हाँ जी, वो यादव को करा था जी हमने, MC साहब को, पर यादव साहब ने भेजी जी पुलिस जी। अब क्या क्या आपका मांग है, क्या क्या कहना है? कहना यह है जब हमारे मुंडा जाता था बहू को लेने, मैं भी कहा तो जो मकान मालिक ने हमें धमका गाड़ी गुड़ी देकर वो हमें भगा देती थी जी। नहीं, आपके क्या क्या मांग है? अब क्या क्या इनसे क्या चाहते? इनको तो कुछ सजा होनी चाहिए कुछ ना कुछ। किसको चाहिए? चार लोगों को, इनको जो हमें जो हमारी नौकर रख ली, मेरे मुंडो बाहर निकाल दे, उन्हें कुछ ना कुछ होनी चाहिए उनके लिए। सानूं इंटीमेशन मिली सी रवि कुसम ऑफ धर्मवीर नाम के व्यक्ति ने हैंगिंग की है, असीं आके देखा डेड बॉडी पहले ही उतारी हुई सी, डेड बॉडी शिफ्ट कर रहे हैं मोर्चरी के विच, इहदे वारसां दे बयान हासिल करके जो भी बनती कार्रवाई दी जाऊगी। कोई पता लगे की मामला है? मामला असीं पड़ताल कर रहे हैं, जिहड़े भी तत्थ सामने आउणगे उहनां दे आधार ते कार्रवाई की जाऊगी।